ਅਸੀਂ ਰਹਿ ਜੇ ਤੁਸੀਂ ਗੁਲਾਮ ਦੇ ਤੌਰ 'ਤੇ, ਗੁਲਾਮਾਂ ਦੇ ਤੌਰ 'ਤੇ, ਗੁਲਾਮ ਦੇਸ਼ ਵਿੱਚ ਜਿਹਦੇ ਉੱਤੇ ਹਿੰਦੁਸਤਾਨ ਦਾ ਕਬਜ਼ਾ ਵਾ, ਉਸ ਵਿੱਚ ਰਹਿ ਜੇ, ਇਹ ਗੁਲਾਮੀ ਦੀ ਜਿਹੜੀ ਕੁੰਜ ਆ ਇਹ ਲਾਉਣੀ ਪੈਗੀ। ਬਿਲਕੁਲ, ਜਿਹੜੀ ਡਾਕਟਰ ਸਾਹਿਬ ਉਹਨਾਂ ਨੇ ਗੱਲ ਕੀਤੀ ਆ ਬਈ ਜਿਹੜੇ ਜਦੋਂ ਵੀ ਟਾਡਾ ਜਾਂ ਇੱਦਾਂ ਦੇ ਕਾਨੂੰਨ ਬਣੇ ਨੇ, ਅੱਜ ਵੀ ਜਿਹੜੇ ਯੂਆਪੇ ਵਰਗੇ ਕਾਨੂੰਨ ਬਣੇ ਨੇ, ਉਹ ਜ਼ਿਆਦਾਤਰ ਜਿਹੜੀਆਂ ਨੇ ਪੰਜਾਬ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਨੇ, ਕਿਸਾਨੀ ਵੇਲੇ ਵੀ ਹੋਏ ਨੇ। ਕੀ ਕਹਿਣਾ ਚਾਹੁੰਦੇ ਹੋ? ਇਹ ਉਨਾ ਚਿਰ ਰਹਿਣੀ ਹੈ ਜੀ ਜਿੰਨਾ ਚਿਰ ਖਾਲਿਸਤਾਨ ਨਹੀਂ ਬਣਦਾ। ਉਨਾ ਚਿਰ ਰਹਿਣੇ ਹੀ ਰਹਿਣੇ ਆ, ਉਨਾ ਚਿਰ ਰਹਿਣੇ ਹੀ ਰਹਿਣੇ ਆ, ਜਦੋਂ ਖਾਲਿਸਤਾਨ ਬਣਿਆ ਉਦੋਂ ਹੀ ਹਟਣੇ ਆ। ਕਰਕੇ ਅੱਜ ਮੰਗ ਹੋ ਰਹੀ ਆ, ਚਾਹੇ ਜੇਲ੍ਹਾਂ ਦੇ ਵਿੱਚ ਜਿਹੜੇ ਸਜ਼ਾਵਾਂ ਪੂਰੀਆਂ ਕਰ ਵੀ ਚੁੱਕੇ ਨੇ ਉਹਨਾਂ ਦੀ ਵੀ ਅੱਜ ਕੌਮ ਮੰਗ ਕਰ ਰਹੀ ਹੈ ਵੀ ਉਹ ਰਿਹਾਅ ਹੋਣੇ ਚਾਹੀਦੇ ਨੇ। ਮਤਲਬ ਭਾਰਤ ਸਰਕਾਰ ਤਾਂ ਫੇਰ ਨਹੀਂ, ਆਹ ਬਜਟ ਦੀ ਵੀ ਗੱਲ ਜਿਹੜੀ ਆ, ਕੱਲ੍ਹ ਬਜਟ ਵੀ ਆਇਆ ਪਰਸੋਂ, ਤਾਂ ਬਜਟ ਵੀ ਪੰਜਾਬ ਦੇ ਲਈ ਜਿਹੜਾ ਉਹ ਉਹਨਾਂ ਨੇ ਮਤਾ ਹੀ ਨਹੀਂ ਪਾਇਆ। ਸਾਰੀਆਂ ਚੀਜ਼ਾਂ ਦਾ ਇੱਕੋ ਹੀ ਹੱਲ ਹੈ ਜੀ, ਉਹ ਹੈਗਾ ਖਾਲਿਸਤਾਨ।